ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੋ ਕਨਵੀਨਰ ਅਤੇ ਮਾਨਸਾ ਤੋਂ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਗਵਰਨਰ ਵੀ ਪੀ ਸਿੰਘ ਬਦਨੌਰ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਉਹਨਾਂ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਹਨਾਂ ਨੇ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਕਾਰਵਾਈ ਇੰਨੀ ਜ਼ਰੂਰ ਹੋਣੀ ਚਾਹੀਦੀ ਹੈ ਜਿਸ ਨਾਲ ਪੰਜਾਬ ਦੇ ਸਾਰੇ ਵਿਧਾਇਕ ਆਪਣੀ ਗੱਲ ਰੱਖ ਸਕਣ। ਉਹਨਾਂ ਦੱਸਿਆ ਕਿ ਇੱਕ ਸਾਲ ਦੇ ਵਿੱਚ ਵਿਧਾਨ ਸਭਾ ਦੀਆਂ ਘੱਟੋ ਘੱਟ 40 ਬੈਠਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਉਹਨਾਂ ਨੇ ਵਿਧਾਨ ਸਭਾ ਦੇ ਸੈਸ਼ਨ ਦੀ ਮਨਿਆਦ ਵਧਾਉਣ ਦੀ ਮੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਅਮਨ ਅਰੋੜਾ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਟੈਲੀਵਿਜ਼ਨ ਚੈਨਲਾਂ ਉੱਪਰ ਸਿੱਧੇ ਤੌਰ 'ਤੇ ਵਿਖਾਇਆ ਜਾਣਾ ਚਾਹੀਦਾ ਹੈ। ਕਾਬਲੇ ਜ਼ਿਕਰ ਹੈ ਕਿ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜੰਮ ਕੇ ਹੰਗਾਮਾ ਹੋਇਆ ਸੀ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮਾਰਸ਼ਲਾਂ ਦੇ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਕਈ ਵਿਧਾਇਕਾਂ ਦੀਆਂ ਪੱਗਾਂ ਵੀ ਲਈਆਂ ਸਨ, ਜਿਸ ਤੋਂ ਬਾਅਦ ਇਹ ਗੱਲ ਜ਼ੋਰ ਫੜਨ ਲੱਗੀ ਸੀ ਕਿ ਵਿਧਾਨ ਸਭਾ ਦੀ ਕਾਰਵਾਈ ਨੂੰ ਸਾਰਵਜਨਿਕ ਕੀਤਾ ਜਾਵੇ ਅਤੇ ਟੈਲੀਵਿਜ਼ਨ 'ਤੇ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ। ਇਹ ਵੀ ਗੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਬਾਦਲ ਦੀ ਸਰਕਾਰ ਵੇਲੇ ਵਿਧਾਨ ਸਭਾ ਦੀ ਕਾਰਵਾਈ ਉਸ ਵੇਲੇ ਜ਼ਰੂਰ ਲਾਈਵ ਕੀਤੀ ਜਾਂਦੀ ਸੀ ਜਦੋਂ ਸਰਕਾਰ ਨੂੰ ਲੱਗਦਾ ਸੀ ਕਿ ਇਸ ਨੂੰ ਲਾਈਵ ਕੀਤਾ ਜਾਣਾ ਚਾਹੀਦਾ, ਜਦਕਿ ਵਿਰੋਧੀ ਧਿਰ ਹਮੇਸ਼ਾ ਵਿਧਾਨ ਸਭਾ ਦੀ ਕਾਰਵਾਈ ਨੂੰ ਸਿੱਧੇ ਤੌਰ 'ਤੇ ਜਨਤਾ ਨੂੰ ਦਿਖਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਕਾਬਲੇ ਜ਼ਿਕਰ ਹੈ ਕਿ ਦੇਸ਼ ਦੇ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਪ੍ਰਸਾਰਣ ਲੋਕ ਸਭਾ ਅਤੇ ਰਾਜ ਸਭਾ ਦੇ ਟੈਲੀਵਿਜ਼ਨਾਂ ਰਾਹੀਂ ਪੂਰੇ ਮੁਲਕ ਵਿੱਚ ਵਿਖਾਇਆ ਜਾਂਦਾ ਹੈ। ਅਜਿਹੇ ਵਿੱਚ ਬੜਾ ਜ਼ਰੂਰੀ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਵੀ ਲੋਕਾਂ ਦੇ ਸਾਹਮਣੇ ਆਵੇ। ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ, ਮੈਂ, ਜੈਕਸ਼ਨ ਰੋੜੀ ਜੀ ਨੇ ਔਰ ਪ੍ਰਿੰਸੀਪਲ ਬੁੱਧ ਰਾਮ ਜੀ ਨੇ ਪਾਰਟੀ ਵੱਲੋਂ ਅਸੀਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਅਸੀਂ ਮੈਮੋਰੈਂਡਮ ਦਿੱਤਾ ਜਿਸ ਦੇ ਤਹਿਤ ਅਸੀਂ ਡਿਮਾਂਡ ਕੀਤੀ ਹੈ, ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਜਿਹੜਾ ਉਹ ਮੇਰੇ ਹੱਥ ਦੇ ਵਿੱਚ ਇਹਦੇ ਰੂਲਸ ਐਂਡ ਪ੍ਰੋਸੀਜਰ ਬੁੱਕ ਹੈ, ਇਸ ਦੇ ਵਿੱਚ ਪੁਆਇੰਟ ਨੰਬਰ 14A ਇਸ ਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਹੈ ਕਿ ਹਰ ਸਾਲ ਘੱਟੋ ਘੱਟ 3 ਸੈਸ਼ਨ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਅਤੇ ਸਰਦ ਰੁੱਤ ਸੈਸ਼ਨ, ਵਿੰਟਰ ਸੈਸ਼ਨ, ਉਹ ਹੋਣੇ ਚਾਹੀਦੇ ਔਰ ਘੱਟੋ ਘੱਟ 40 ਸਿਟਿੰਗਸ ਨੇ ਜਿਹੜੀਆਂ ਉਹ ਹੋਣੀਆਂ ਚਾਹੀਦੀਆਂ ਨੇ। ਪਰ ਬਦਕਿਸਮਤੀ ਦੇ ਨਾਲ ਪੰਜਾਬ ਦੇ ਡੈਮੋਕ੍ਰੇਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸਮੇਂ ਸਮੇਂ ਦੇ ਜਿਹੜੇ ਸਪੀਕਰ ਨੇ ਉਹਨਾਂ ਨੇ ਔਰ ਪੰਜਾਬ ਸਰਕਾਰਾਂ ਨੇ ਇਸ ਤਰ੍ਹਾਂ ਦੇ ਨਾਲ ਦਬਾਉਂਦੇ ਰਹੇ ਕਿ ਆਹ ਮੇਰੇ ਕੋਲ ਲਿਸਟ ਹੈ ਜਿਹੜੀ ਕਿ ਮੈਂ ਪੰਜਾਬ ਵਿਧਾਨ ਸਭਾ ਦੇ ਆਫਿਸ ਤੋਂ ਹੀ ਪ੍ਰੋਕਿਓਰ ਕੀਤੀ ਹੈ, ਜਿਸ ਦੇ ਵਿੱਚ ਲਿਖਿਆ ਗਿਆ ਕਿ 1997 ਤੋਂ ਬਾਅਦ ਇੱਕ ਸਾਲ ਦੇ ਵਿੱਚ 20 ਤੋਂ ਵੱਧ ਸਿਟਿੰਗਸ ਨਹੀਂ ਹੋਈਆਂ, ਜਦਕਿ ਬਦਕਿਸਮਤੀ ਦੇ ਨਾਲ ਜੇ 2015 ਦੀ ਗੱਲ ਕਰੀਏ ਤਾਂ ਸਿਰਫ 12 ਸਿਟਿੰਗਸ ਨੇ ਜਿਹੜੀਆਂ ਉਹ ਹੋ ਸਕੀਆਂ ਔਰ ਉਹ ਵੀ 4-4 ਘੰਟੇ। ਇਹਦਾ ਮਤਲਬ ਇਹ ਹੋਇਆ ਕਿ ਪੂਰੇ ਵਿਧਾਨ ਸਭਾ ਸੈਸ਼ਨ ਦੇ ਵਿੱਚ, ਪੂਰੇ ਸਾਲ ਦੇ ਵਿੱਚ ਵਿਧਾਨ ਸਭਾ ਸਿਰਫ ਤਕਰੀਬਨ 48 ਜਾਂ 50 ਘੰਟੇ ਮਿਲੀ। ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਅਗਲੇ ਹਾੜੀ ਦੇ ਸੀਜ਼ਨ ਦੇ ਦੌਰਾਨ ਕਣਕ ਦੀ ਕੀਮਤ ਦੇ ਸਮਰਥਨ ਮੁੱਲ ਵਿੱਚ 110 ਰੁਪਏ ਦਾ ਵਾਅਦਾ ਕੀਤਾ ਗਿਆ। ਹਾਲਾਂਕਿ ਕੇਂਦਰ ਸਰਕਾਰ ਇਸ ਵਾਅਦੇ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੀ ਹੈ, ਪਰ ਪੰਜਾਬ ਦੇ ਕਿਸਾਨਾਂ ਨੇ ਇਸ ਵਾਅਦੇ ਨੂੰ ਮੁੱਢੋਂ ਨਕਾਰ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੇ ਮੁੱਲ ਵਿੱਚ 110 ਰੁਪਏ ਦਾ ਸਮਰਥਨ ਮੁੱਲ ਦਾ ਵਾਅਦਾ ਨਾਕਾਫੀ ਹੈ। ਪੰਜਾਬ ਦੇ ਕਿਸਾਨ ਪਹਿਲਾਂ ਹੀ ਕਣਕ ਉਤਪਾਦਨ ਦੇ ਵਿੱਚ ਲਾਗਤ ਨਾਲੋਂ ਹੇਠਾਂ ਨੇ, ਜਿਸ ਕਰਕੇ ਕਿਸਾਨ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚ ਨੇ। ਨਾਭਾ ਦੇ ਵਿੱਚ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਡਾਕਟਰ ਸਵਾਮੀਨਾਥਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਕਣਕ ਦਾ ਮੁੱਲ ਤੈਅ ਕਰੇ। ਜਿਹੜਾ ਕਣਕ ਦਾ ਭਾਅ ਦਿੱਤਾ ਸਰਕਾਰ ਨੇ 110 ਰੁਪਈਏ, ਮਹਿੰਗਾਈ ਦੇ ਹਿਸਾਬ ਨਾਲ ਉਹ ਬਹੁਤ ਜ਼ਿਆਦਾ ਘੱਟ ਹੈ। ਜਿਹੜੀ ਫਸਲ 'ਤੇ ਲਾਗਤ ਆਉਂਦੀ ਹੈ ਉਹ ਦਿਨ ਪਰ ਦਿਨ ਮਹਿੰਗੀ ਹੁੰਦੀ ਜਾਂਦੀ ਹੈ। ਜਿਹੜੇ ਟਰੈਕਟਰ ਨੇ, ਟਰੈਕਟਰ ਮਹਿੰਗੇ ਹੋ ਗਏ, ਹਰ ਮਸ਼ੀਨਰੀ ਮਹਿੰਗੀ ਹੁੰਦੀ ਜਾਂਦੀ ਹੈ, ਇਸ ਕਰਕੇ ਫਸਲ ਦਾ ਭਾਅ ਬਹੁਤ ਜ਼ਿਆਦਾ ਘੱਟ ਹੈ। ਅਸੀਂ ਇਹਦੀ ਨਿਖੇਧੀ ਕਰਦੇ ਹਾਂ ਵੀ ਸਰਕਾਰ ਨੇ ਕਿਸਾਨਾਂ ਨਾਲ ਇਹ ਮਜ਼ਾਕ ਕੀਤਾ ਅਤੇ 1980 ਦੇ ਵਿੱਚ 1 ਕਿਲੋ ਕਣਕ ਦਾ 1 ਲੀਟਰ ਡੀਜ਼ਲ ਆ ਜਾਂਦਾ ਸੀ, ਅੱਜ ਡੀਜ਼ਲ ਦਾ ਭਾਅ ਕਿੱਥੇ ਅਤੇ ਕਣਕ ਦਾ ਜਿਵੇਂ ਬ੍ਰੇਕ ਲਾਈ ਖੜ੍ਹੇ ਨੇ ਇਹ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੇ। ਜਿਹੜਾ ਕਿਸਾਨ ਦਿਨ ਪਰ ਦਿਨ ਖੁਦਕੁਸ਼ੀਆਂ ਦੇ ਰਾਹ ਪਿਆ ਇਹ ਸਰਕਾਰਾਂ ਦੇ ਕਾਰਨ ਪਿਆ। ਆਉਣ ਵਾਲੀ 11ਵੇਂ ਮਹੀਨੇ ਦੀ 19 ਤਰੀਕ ਨੂੰ ਅਸੀਂ ਇੱਥੋਂ ਰਵਾਨਾ ਦਿੱਲੀ ਵੱਲ ਹੋ ਰਹੇ ਹਾਂ। ਦਿੱਲੀ 20-21 ਤਰੀਕ ਨੂੰ ਧਰਨਾ ਦਿੱਤਾ ਜਾ ਰਿਹਾ, ਪੂਰਾ ਦੇਸ਼ ਲੈਵਲ ਦਾ ਉਹ ਧਰਨਾ ਹੋਊਗਾ। 167 ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਅਸੀਂ ਕਰਜ਼ੇ ਦਾ ਮੁੱਦਾ ਅਤੇ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਉੱਥੇ ਪਾਰਲੀਮੈਂਟ ਦੇ ਸਾਹਮਣੇ 2 ਦਿਨ ਧਰਨਾ ਦੇਣ ਜਾ ਰਹੇ ਹਾਂ। ਬਹੁਤ ਘੱਟ ਹੈ ਜੀ ਇਹ ਜਿਹੜਾ ਇਹ ਰੇਟ ਆ, ਇਹ ਡਾਕਟਰ ਸਵਾਮੀਨਾਥ ਦੀ ਰਿਪੋਰਟ ਆ ਜਿਹੜੀ ਉਹ ਲਾਗੂ ਹੋਣੀ ਚਾਹੀਦੀ ਆ, ਉਹਦੇ ਮੁਤਾਬਕ ਰੇਟ ਬਣਨਾ ਚਾਹੀਦਾ। ਅਤੇ ਜਦੋਂ ਇਹਨਾਂ ਨੇ ਇਲੈਕਸ਼ਨ ਹੋਈ ਸੀ, ਮੋਦੀ ਸਰਕਾਰ ਆਈ ਆ, ਇਹਨਾਂ ਨੇ ਵਾਅਦਾ ਵੀ ਕਰਿਆ ਸੀ ਆਪਣੇ ਨੋਟੀਫਿਕੇਸ਼ਨ ਦੇ ਵੀ ਅਸੀਂ ਜਿਹੜਾ ਆਪਣਾ ਫਸਲਾਂ ਦਾ ਭਾਅ ਹੈ ਉਹ ਡਾਕਟਰ ਸਵਾਮੀਨਾਥ ਰਿਪੋਰਟ ਦੇ ਨਾਲ ਲਾਗੂ ਕਰਿਆ ਕਰਾਂਗੇ।
ਤੇ ਹੁਣ ਗੱਲ ਤਰਨ ਤਾਰਨ ਤੋਂ ਕਰਦੇ ਹਾਂ ਜਿੱਥੇ ਪੰਜਾਬ ਪੁਲਿਸ 'ਤੇ ਲਾਪਰਵਾਹੀ ਕਰਨ ਦੇ ਵੱਡੇ ਇਲਜ਼ਾਮ ਲੱਗੇ ਨੇ। ਅਸਲ ਦੇ ਵਿੱਚ ਤਰਨ ਤਾਰਨ ਦੀ ਪੁਲਿਸ ਨੇ ਕੁਝ ਸਮਾਂ ਪਹਿਲਾਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸ ਕੋਲੋਂ 5 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਦਾ ਦਾਅਵਾ ਕੀਤਾ ਸੀ, ਪਰ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਦਰਜ FIR ਵਿੱਚ ਸਿਰਫ 1,15,000 ਗੋਲੀਆਂ ਦਰਜ ਕੀਤੀਆਂ ਗਈਆਂ ਸੀ, ਜਿਸ ਦੇ ਵਿੱਚ ਅਦਾਲਤ ਦੇ ਵਿੱਚ ਮਾਮਲਾ ਜਾਣ ਤੋਂ ਬਾਅਦ ਅਦਾਲਤ ਨੇ ਇਸ ਗੱਲ 'ਤੇ ਪੁਲਿਸ ਨੂੰ ਝਾੜ ਪਾਈ ਹੈ। ਇਸ ਮਾਮਲੇ ਦੇ ਵਿੱਚ ਭੁਪਿੰਦਰ ਸਿੰਘ ਬੇਦੀ ਜੋ ਕਿ ਵਕੀਲ ਨੇ ਅਤੇ ਤਿਲਕ ਰਾਜ SPD ਨੇ ਕੀ ਤਰਕ ਦੇ ਰਹੇ ਨੇ, ਆਓ ਸੁਣਦੇ ਹਾਂ। ਇਹ ਨਾਕਾ ਲਾਇਆ ਸੀਗਾ ਅਮਨਦੀਪ ਐਵਨਿਊ ਟੀ ਪੁਆਇੰਟ 'ਤੇ, ਜਿੱਥੋਂ ਕਿ ਸਤੀਸ਼ ਕੁਮਾਰ ਇਹਦਾ ਦੋਸ਼ੀ ਹੈਗਾ, ਕੋ ਅਕਿਊਜ਼ ਹੈਗਾ, ਉਹਦੇ ਕੋਲੋਂ ਅਸੀਂ 1,25,000 ਗੋਲੀ ਫੜੀ ਆ, ਠੀਕ ਹੈ। ਅਤੇ ਉਹਨਾਂ ਦਾ ਵਰਜਨ ਇਹ ਹੈ ਕਿ ਆਹ ਲਕਸ਼ਮਣ ਸਿੰਘ ਹੈ, ਇਹ ਮੌਕੇ 'ਤੇ ਭੱਜ ਗਿਆ ਜੀ ਗੱਡੀ ਵਿੱਚੋਂ ਜੀ। ਬਟ ਗੱਲ ਇਹ ਹੈਗੀ ਹੈ, ਜੋ ਮੈਨੂੰ ਹਾਲੇ ਤੱਕ ਸੁਣਨ 'ਚ ਆਇਆ ਵਾ ਅਤੇ ਮੈਂ ਜੋ ਵੇਖਿਆ ਵਾ ਹਾਲੇ ਤੱਕ ਆਪਣੇ ਤੱਥਾਂ ਦੇ ਹਿਸਾਬ ਨਾਲ, ਇਹ ਬੰਦੇ ਦੇ ਪੈਰ ਸੜੇ ਹੋਏ ਆ, ਇਹ ਪੈਰਾਂ ਤੋਂ ਮੈਂ ਇਹ ਤੋਰੀ ਮਾਰ ਸਕਦਾ ਜੀ, ਅਤੇ ਇਹ ਭੱਜ ਕੇ ਥੱਲੇਗਾ ਜੀ। ਦੂਜੀ ਗੱਲ ਇਹ ਰਹੀ, SSP ਸਾਹਿਬ ਬਿਆਨ ਦੇ ਰਹੇ ਆਪਣੇ, ਉਹਨਾਂ ਦਾ ਕਹਿਣਾ ਕਿ 5 ਲੱਖ ਗੋਲੀ ਰਿਕਵਰ ਹੋਈ ਆ, ਬਟ FIR ਦੇ ਵਿੱਚ ਸਾਰੀ 1,25,000 ਗੋਲੀ ਪਈ ਹੋਈ ਹੈ ਜੀ। ਜਦੋਂ ਕੇਸ ਰਜਿਸਟਰ ਹੋਇਆ ਉਸ ਵੇਲੇ 1,15,000 ਹੀ ਗੋਲੀ ਰਿਕਵਰ ਹੋਈ ਸੀ, ਬਾਕੀ ਉਹਦੀ ਪੁੱਛਗਿੱਛ ਤੋਂ ਬਾਅਦ ਰਿਕਵਰੀ ਹੋਈ ਹੈ ਸਾਰੀ। ਗੱਲ ਇਸ ਤਰ੍ਹਾਂ, ਜਦੋਂ ਕੋਈ ਬੰਦਾ ਫੜ ਹੁੰਦਾ ਉਹ ਹਮੇਸ਼ਾ ਆਪਣੇ ਆਪ ਨੂੰ ਸੱਚਾ ਕਹਿੰਦਾ, ਠੀਕ ਹੈ, ਪੁਲਿਸ ਨੂੰ ਗਲਤ ਕਹਿੰਦਾ, ਜਿੱਥੋਂ ਉਹਨੂੰ ਫੜਿਆ ਉੱਥੋਂ ਹੀ ਰਿਕਵਰੀ ਸ਼ੋਅ ਕੀਤੀ ਹੈ। ਚਲੋ ਉਹ ਕੋਰਟ ਦਾ ਕੰਮ ਹੈ, ਬੇਲ ਦੇਣਾ ਜਾਂ ਨਾ ਦੇਣਾ ਉਹ ਕੋਰਟ ਦਾ ਮੈਟਰ ਹੈ, ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ। ਗੁਰਦਾਸਪੁਰ ਤੋਂ ਲੋਕ ਸਭਾ ਦੀ ਜ਼ਿਮਨੀ ਚੋਣ ਰਿਕਾਰਡ 1,83,000 ਵੋਟਾਂ ਦੇ ਨਾਲ ਜਿੱਤਣ ਤੋਂ ਬਾਅਦ ਸੁਨੀਲ ਜਾਖੜ ਗੁਰਦਾਸਪੁਰ ਵਿੱਚ ਧੰਨਵਾਦੀ ਦੌਰਾ ਕਰ ਰਹੇ ਨੇ। ਇਸੇ ਦਰਮਿਆਨ ਸੁਨੀਲ ਜਾਖੜ ਨੇ ਆਮ ਲੋਕਾਂ ਦੇ ਨਾਲ ਮੁਲਾਕਾਤ ਵੀ ਕੀਤੀ ਹੈ। ਸੁਨੀਲ ਜਾਖੜ ਡੇਰਾ ਬਾਬਾ ਨਾਨਕ ਵਿੱਚ ਆਮ ਲੋਕਾਂ ਨੂੰ ਮਿਲੇ, ਜਿੱਥੇ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਕਣਕ ਦੇ ਸਮਰਥਨ ਮੁੱਲ ਵਿੱਚ ਕੀਤੇ ਗਏ ਵਾਅਦੇ ਦਾ ਸਵਾਗਤ ਕੀਤਾ। ਹਾਲਾਂਕਿ ਸੁਨੀਲ ਜਾਖੜ ਇਹ ਜ਼ਰੂਰ ਮੰਨਦੇ ਨੇ ਕਿ ਇਹ ਸਮਰਥਨ ਮੁੱਲ ਦੇ ਵਿੱਚ ਵਾਅਦਾ ਨਾਕਾਫੀ ਹੈ। ਬਿਲਕੁਲ, ਸਾਡਾ ਪ੍ਰਯਾਸ ਹੋਊਗਾ। ਇੱਕ ਤਾਂ ਇਸ ਇਲਾਕੇ ਦੀ ਖੁਸ਼ਕਿਸਮਤ ਹੈ ਵੀ ਬਹੁਤ ਹੀ ਜੁਝਾਰੂ ਇੱਥੇ ਦੇ ਨੁਮਾਇੰਦੇ ਦੇ ਤੌਰ 'ਤੇ MLA ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਕੰਮ ਕਰ ਰਹੇ ਹੈ, ਜਿਨ੍ਹਾਂ ਨੇ ਡਟ ਕੇ ਜਿਨ੍ਹਾਂ ਦੀ ਮਿਹਨਤ ਸਦਕੇ ਆ ਜਿੱਥੇ 44,000 ਤੋਂ ਜ਼ਿਆਦਾ ਵੋਟਾਂ ਦੀ ਲੀਡ ਆਈ ਹੈ, ਉਹਦਾ ਵੀ ਅਸੀਂ ਸਤਿਕਾਰ ਕਰਦੇ ਹਾਂ ਅਤੇ ਕੋਸ਼ਿਸ਼ ਕਰਾਂਗੇ ਜੋ ਕੰਮ ਬਣਦਾ ਕੰਮ ਕੇਂਦਰ ਸਰਕਾਰ ਤੋਂ, ਚਾਹੇ ਤੁਸੀਂ ਬੰਦ ਨੂੰ ਲੈ ਕੇ ਹੈ, ਚਾਹੇ ਕਲਾਨੌਰ ਕਸਬੇ ਨੂੰ ਉਹਦਾ ਬਣਦਾ ਰੁਤਬਾ, ਉਹਦਾ ਸਥਾਨ ਜੋ ਬਣਦਾ, ਕਿਉਂਕਿ ਇੱਕ ਇਤਿਹਾਸਿਕ ਜਗ੍ਹਾ ਹੈ, ਉਸ ਜਗ੍ਹਾ ਦਾ ਬਣਦਾ, ਉਸ ਕਿਸਮ ਦਾ ਉਹਦਾ ਮਾਣ ਸਤਿਕਾਰ ਕੀਤਾ ਜਾਵੇ। ਇੱਥੇ ਦੇ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਇੰਡਸਟਰੀ ਨੂੰ ਲੈ ਕੇ, ਚਾਹੇ ਸਟੇਟ ਗੌਰਮੈਂਟ ਤੋਂ ਚਾਹੇ ਸੈਂਟਰਲ ਗੌਰਮੈਂਟ ਤੋਂ ਜੋ ਵੀ ਬਣਦੇ ਇਸ਼ੂਜ਼ ਹੈ ਉਹਨਾਂ ਨੂੰ ਉੱਥੇ ਚੱਕਾਂਗੇ। ਦੇਖੋ, ਕਿਸਾਨ ਨੂੰ ਨਿਚੋੜਿਆ ਜਾ ਰਿਹਾ, ਜੋ ਸਮਰਥਨ ਮੁੱਲ ਵਧਾਇਆ ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਮੈਂ ਸਮਝਦਾ ਵੀ ਜੋ ਅੱਜ ਕਿਸਾਨ ਨੂੰ ਲੋੜ ਸੀ, ਜਿਹੜੇ ਉਹਦੇ ਉੱਤੇ ਅੱਜ ਆ ਜ਼ਿੰਮੇਵਾਰੀ ਪ੍ਰਦੂਸ਼ਣ ਨੂੰ ਚੈੱਕ ਕਰਨ ਦੀ ਆ, ਜਿਹੜਾ ਅੱਜ ਅੱਗ ਲਾ ਰਹੇ ਖੇਤਾਂ ਦੇ ਵਿੱਚ ਪਰਾਲੀ ਸਾੜਨ ਦਾ, ਉਹਦੇ ਵਾਸਤੇ ਕਿਸਾਨ ਨੂੰ ਕੋਈ ਨਾ ਕੋਈ ਆਰਥਿਕ ਸਹਾਇਤਾ ਕੇਂਦਰ ਨੂੰ ਦੇਣੀ ਪਊਗੀ। ਅਸੀਂ ਸਾਰਿਆਂ ਨੇ ਇਹ ਵੀ ਡਿਮਾਂਡ ਕੀਤੀ ਹੈ ਕਿ MP ਬਣਿਓ ਤੁਸੀਂ, ਜਾ ਕੇ ਸਾਡੇ ਇਲਾਕੇ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਦਾ ਉੱਥੇ ਪਾਰਲੀਮੈਂਟ 'ਚ ਰੌਲਾ ਪਾਓ, ਅਤੇ ਅਸੀਂ ਜੇ ਪਾਕਿਸਤਾਨ ਦੇ ਨਾਲ ਲੜਾਈ ਲੜਦੇ ਹਾਂ, ਅਸੀਂ ਪਾਕਿਸਤਾਨ ਦੀ ਕਦੀ ਰੈੱਡ ਅਲਰਟ ਆ ਗਿਆ, ਕਦੀ ਕੁਛ ਆ ਗਿਆ, ਸਾਨੂੰ ਹਮੇਸ਼ਾ ਹੀ ਇਹੋ ਜਿਹੇ ਪਏ ਰਹਿੰਦੇ ਨੇ, ਉਹਨਾਂ ਚੀਜ਼ਾਂ ਨੂੰ ਲੈ ਕੇ ਜਾਣ, ਜਿਵੇਂ ਤਾਰ ਦੇ ਅੱਗੇ ਸਾਡੀਆਂ ਜ਼ਮੀਨਾਂ ਨੇ ਉਹਦੇ ਬਾਰੇ ਗੱਲ ਕਰਨ, ਤੁਸੀਂ ਜਿਹੜੀ ਪਾਕਿਸਤਾਨ ਨੇ ਉੱਧਰ ਬਣਾਤੀ ਹੈ ਸਾਡੀ ਤੁਸੀਂ ਜਿਹੜੀ ਆ ਉਹਨੂੰ ਮਜ਼ਬੂਤ ਕਰਕੇ ਉੱਚਾ ਕਰਨ, ਇਹ ਜਿਹੜੀਆਂ ਸਾਡੀਆਂ ਮੰਗਾਂ ਨੇ ਇਹਨਾਂ ਬਾਰੇ ਇਹਨਾਂ ਨੂੰ ਆਖਿਆ ਕਿ ਜਾ ਕੇ ਕਰਕੇ ਸੱਕੀ ਦਾ ਨਾਲਾ, ਇਹੋ ਜਿਹੀ ਜਿਹੜੀ ਚੀਜ਼ਾਂ ਨੇ ਗੁਰਦਾਸਪੁਰ ਲਈ ਇਹਨਾਂ ਦੀ ਗੱਲ ਕਰਨ। ਪੰਜਾਬ ਦੇ ਵਿੱਚ ਮੌਸਮ ਬਦਲਦੇ ਹੀ ਡੇਂਗੂ ਇੱਕ ਵਾਰ ਫਿਰ ਤੋਂ ਆਪਣੇ ਪੈਰ ਪਸਾਰ ਰਿਹਾ ਹੈ। ਮੋਗਾ ਦੇ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਮਰੀਜ਼ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਡੇਂਗੂ ਹੋਣ ਦਾ ਖਦਸ਼ਾ ਹੈ। ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਡੇਂਗੂ ਤੋਂ ਬਾਅਦ 10 ਮਰੀਜ਼ ਦਾਖਲ ਨੇ, ਜਦਕਿ 144 ਮਰੀਜ਼ਾਂ ਨੇ ਡੇਂਗੂ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਮੁਕੰਮਲ ਜਾਂਚ ਤੋਂ ਬਾਅਦ ਸਾਬਤ ਹੋਏਗਾ ਕਿ ਇਸ ਵਿੱਚੋਂ ਕਿੰਨੇ ਲੋਕਾਂ ਨੂੰ ਡੇਂਗੂ ਹੈ ਅਤੇ ਕਿੰਨੇ ਲੋਕ ਸ਼ੱਕੀ ਨੇ। ਕੀ ਨਾਮ ਕੀ ਹੈ ਤੁਹਾਡਾ? ਸਾਚੀ। ਅੱਛਾ, ਕਾਸ ਤੋਂ ਆਏ ਹੋ ਜੀ ਇੱਥੇ? ਮੇਰੀ ਸਿਸਟਰ ਦਾਖਲ ਹੈ, ਤਾਂ ਇਸ ਲਈ ਉਹਨੂੰ ਪਤਾ ਲੈਣੇ ਆਏ ਤੇ ਉਹਨਾਂ ਦਾ ਇਲਾਜ ਵਧੀਆ ਚੱਲ ਰਿਹਾ ਆ। ਕਿਆ ਹੋ ਗਿਆ ਤੁਹਾਨੂੰ? ਡੇਂਗੂ ਹੋਇਆ ਥਾ। ਕਿੰਨੇ ਦਿਨ ਹੋ ਗਏ ਉਸਕੋ? 4 ਦਿਨ ਹੋ ਗਏ ਆ। ਹੁਣ ਕਿਸ ਤਰ੍ਹਾਂ ਦੀ ਉਹਨਾਂ ਦੇ ਹਾਲਾਤ? ਕਿਸ ਤਰ੍ਹਾਂ? ਠੀਕ ਹੀਗੇ, ਪਹਿਲੇ ਤੇ ਵਧੀਆ ਆ। ਦਵਾਈ ਵਗੈਰਾ ਕਿਸ ਤਰ੍ਹਾਂ ਮਿਲ ਰਹੀ ਹੈ? ਵਧੀਆ ਚੱਲਦੀ ਪਈ ਆ। ਅਗਰ ਹਮ ਬਾਤ ਕਰੇ, ਦਵਾਈ ਆ ਹਸਪੀਟਲ ਸੇ ਮਿਲ ਰਹੀ ਆਪਕੋ ਜਾਂ ਬਾਜ਼ਾਰ ਸੇ ਮਿਲ ਰਹੀ ਆ? ਹਸਪੀਟਲ ਸੇ ਮਿਲ ਰਹੀ ਆ। ਸਾਡੇ ਕੋਲ ਹੁਣ ਤੱਕ ਜਿੰਨੇ ਪੇਸ਼ੈਂਟ ਆਏ ਆ ਡੇਂਗੂ ਦਾ ਚੈੱਕਅਪ ਕਰਾਉਣ, ਉਹ 'ਚ 147 ਪੋਜ਼ਿਟਿਵ ਕੇਸ ਆਏ ਆ। ਵੈਸੇ ਤਾਂ ਜਿਹੜਾ ਡੇਂਗੂ ਦਾ ਟੈਸਟ ਆ ਉਹ ਸਾਰਿਆਂ ਦਾ ਨਹੀਂ ਕਰਾਇਆ ਜਾਂਦਾ, ਜਿਹਦੇ ਸੈੱਲ ਬਹੁਤ ਜ਼ਿਆਦਾ ਘੱਟੇ ਹੁੰਦੇ ਆ ਜਾਂ ਜਿਹਨੂੰ ਸਾਨੂੰ ਲੱਗਦਾ ਕਿ ਸਸਪੈਕਟਡ ਹੈ ਉਹਦਾ ਕਰਾਇਆ ਜਾਂਦਾ। 147 ਜਿਹੜੇ ਆ ਪੋਜ਼ਿਟਿਵ ਕੇਸ ਆਏ ਆ,
ਅਤੇ ਉਹਦੇ 'ਚੋਂ ਜਿਨ੍ਹਾਂ ਨੂੰ ਦਾਖਲ ਕਰਨ ਦੀ ਲੋੜ ਸੀ ਉਹ ਦਾਖਲ ਕੀਤੇ ਆ ਅਤੇ ਹੁਣ ਤੱਕ ਟੋਟਲ 50 ਤੋਂ 55 ਮਰੀਜ਼ ਸਾਡੇ ਕੋਲ ਦਾਖਲ ਹੋਏ ਆ। ਅੱਜ ਸਾਡੇ ਕੋਲ 8 ਮਰੀਜ਼ ਦਾਖਲ ਨੇ, ਜਿਹਦੇ 'ਚੋਂ 9 ਜਿਹੜੇ 7 ਪੇਸ਼ੈਂਟ ਨੇ ਉਹਨਾਂ ਦੀ ਹਾਲਤ ਬਹੁਤ ਵਧੀਆ, ਸਿਰਫ ਇੱਕ ਹੈ ਜਿਹਦੇ ਥੋੜ੍ਹੇ ਸੈੱਲ ਘੱਟ ਨੇ, ਉਹਦੇ ਸੈੱਲ ਅਸੀਂ ਲਗਾ ਰਹੇ ਹਾਂ। ਅਤੇ ਚੈਨਲ ਵਾਏ ਦੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇ ਲਈ ਤੁਸੀਂ ਲਗਾਤਾਰ ਵੇਖਦੇ ਰਹੋ ਚੈਨਲ ਵਾਏ। ਸੁਰਿੰਦਰ ਡੱਲਾ ਨੂੰ ਦਿਓ ਇਜਾਜ਼ਤ, ਧੰਨਵਾਦ।